ਹੈਲੋ एवरीवन वेलकम टू माय ਚੈਨਲ এডੂਕੇਸ਼ਨ ਸਿੰਪਲੀਫਾਈਡ ਬਾਏ OCDC ਇਹ ਵੀਡੀਓ ਹੈ ਵਾਰਡ اٹینڈੈਂਟ ਪੇਪਰ 2020 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਜਿਸ ਵਿੱਚ ਆਪਾਂ ਗੱਲ ਕਰਾਂਗੇ ਪਾਚਨ ਪ੍ਰਣਾਲੀ ਦੀਆਂ ਸਮੱਸਿਆਵਾਂ ਨਾਲ ਸਬੰਧਤ ਕੁਐਸਚਨ ਅਤੇ ਉਹਨਾਂ ਦੇ ਆਨਸਰ ਮਤਲਬ ਪ੍ਰੋਬਲਮਸ ਰਿਲੇਟਡ ਟੂ ਦਾ ਡਾਈਜੈਸਟਿਵ ਸਿਸਟਮ ਦੇ ਨਾਲ ਸਬੰਧਤ ਕੁਐਸਚਨ ਆਨਸਰ ਸੋ ਸ਼ੁਰੂ ਕਰਦੇ ਹਾਂ ਕੁਐਸਚਨ ਨੰਬਰ 1 अनुचित ਖੁਰਾਕ ਖਾਣ ਨੂੰ ਕੀ ਕਿਹਾ ਜਾਂਦਾ ਹੈ ਅਨੁਚਿਤ ਖੁਰਾਕ ਮਤਲਬ ਬੈਲੈਂਸਡ ਡਾਈਟ ਨਾ ਖਾਣਾ ਇੱਕ ਸੰਤੁਲਿਤ ਆਹਾਰ ਹੁੰਦਾ ਜਿਹਨੂੰ ਬੈਲੈਂਸਡ ਡਾਈਟ ਕਿਹਾ ਜਾਂਦਾ ਹੈ ਤਾਂ ਬੈਲੈਂਸਡ ਡਾਈਟ ਨਾ ਖਾਣਾ ਮਤਲਬ ਸੰਤੁਲਿਤ ਪੋਸ਼ਣ ਨਾ ਖਾਣਾ ਉਸ ਵਿੱਚ ਕਿਸੇ ਤੱਤ ਦੀ ਕਮੀ ਹੋਣਾ ਤਾਂ ਅਜਿਹੇ ਪੋਸ਼ਣ ਖਾਣ ਨੂੰ ਕੀ ਕਿਹਾ ਜਾਵੇਗਾ ਆਨਸਰ ਹੈ ਕੋਪੋਸ਼ਨ ਠੀਕ ਹੈ ਪੰਜਾਬੀ ਵਿੱਚ ਕੋਪੋਸ਼ਨ ਕਹਾਂਗੇ ਇੰਗਲਿਸ਼ ਵਿੱਚ ਕਹਾਂਗੇ ਉਹਨੂੰ ਮਾਲ ਨਿਊਟ੍ਰੀਸ਼ਨ ਪ੍ਰਸ਼ਨ ਨੰਬਰ 2 ਮੈਰਾਸਮਸ ਬਿਮਾਰੀ ਕਿਸ ਦੀ ਕਮੀ ਨਾਲ ਹੁੰਦੀ ਹੈ ਮੈਰਾਸਮਸ ਜਿਹੜੀ ਬਿਮਾਰੀ ਹੈ ਉਹ ਹੁੰਦੀ ਹੈ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਦੀ ਕਮੀ ਨਾਲ ਭੋਜਨ ਦੇ ਵਿੱਚ ਕਾਰਬੋਹਾਈਡਰੇਟ ਜਾਨੀ ਕਿ ਜਿਵੇਂ ਕਿ ਗਲੂਕੋਜ਼ ਹੋ ਗਿਆ ਠੀਕ ਹੈ ਉਹਨੂੰ ਕਾਰਬੋਹਾਈਡਰੇਟ ਕਹਿੰਦੇ ਨੇ ਤੇ ਨਾਲ ਹੀ ਪ੍ਰੋਟੀਨ ਦੋਨਾਂ ਦੀ ਇਕੱਠਿਆਂ ਦੀ ਜਦੋਂ ਕਮੀ ਹੋਵੇਗੀ ਤਾਂ ਮੈਰਾਸਮਸ ਬਿਮਾਰੀ ਹੁੰਦੀ ਹੈ ਪ੍ਰਸ਼ਨ ਨੰਬਰ 3 ਕੋਵਾਸੀ ਔਰਕਰ ਬਿਮਾਰੀ ਕਿਸ ਕਮੀ ਨਾਲ ਹੁੰਦੀ ਹੈ ਤਾਂ ਕੋਵਾਸੀ ਉਰਕਰ ਜੋ ਬਿਮਾਰੀ ਹੈ ਉਹ ਹੁੰਦੀ ਹੈ ਕੱਲੀ ਪ੍ਰੋਟੀਨ ਦੀ ਕਮੀ ਨਾਲ ਤਮਰਾ ਸਮਸਤੇ ਕੁਆਸੀਔਰਕਰ ਯਾਦ ਰੱਖਣਾਗਾ ਬਹੁਤ ਵਾਰ ਪੁੱਛੇਗੇ ਇਹਨੇ ਪ੍ਰਸ਼ਨ ਇਹ ਠੀਕ ਹੈ ਮਰਾ ਸਮਸ ਕਾਰਬੋਹਾਈਡਰੇਟ ਤੇ ਪ੍ਰੋਟੀਨ ਦੋਨਾਂ ਦੀ ਕਮੀ ਨਾਲ ਹੈ ਜਦਕਿ ਕੁਆਸੀਔਰਕਰ ਕੱਲੀ ਪ੍ਰੋਟੀਨ ਦੀ ਕਮੀ ਨਾਲ ਹੈ ਪ੍ਰਸ਼ਨ ਨੰਬਰ 4 ਸਰੀਰ ਵਿੱਚ ਮੋਟਾਪੇ ਦਾ ਕਾਰਨ ਕੀ ਹੈ ਉੱਤਰ ਹੈ ਇਸ ਦਾ ਕਿ ਖਰਚ ਤੋਂ ਜ਼ਿਆਦਾ ਕੈਲੋਰੀਜ਼ ਲੈਣਾ ਕੈਲੋਰੀ ਮਤਲਬ ਭੋਜਨ ਤੋਂ ਮਿਲਣ ਵਾਲੀ ਜਿਹੜੀ ਆਪ ਨੂੰ એનર્ਜੀ ਹੁੰਦੀ ਹੈ ਉਸ ਨੂੰ ਆਪਾਂ ਕੈਲੋਰੀਜ਼ ਦੇ ਵਿੱਚ ਮਾਪਦੇ ਹਾਂ ਓਕੇ ਤਾਂ ਜਿੰਨੀਆਂ ਕੈਲੋਰੀਜ਼ ਆਪਾਂ ਨੂੰ ਚਾਹੀਦੀਆਂ ਨੇ ਜਿੰਨੀਆਂ ਆਪਾਂ ਖਰਚ ਕਰਦੇ ਆ ਪੂਰੇ ਦਿਨ ਦੇ ਵਿੱਚ ਜੇ ਆਪਾਂ ਉਸ ਤੋਂ ਜ਼ਿਆਦਾ ਕੈਲੋਰੀਜ਼ ਵਾਲਾ ਭੋਜਨ ਖਾਵਾਂਗੇ ਤਾਂ ਆਪਾਂ ਨੂੰ ਮੋਟਾਪਾ ਹੋ ਸਕਦਾ ਹੈ ਜਿਹਨੂੰ ਇੰਗਲਿਸ਼ 'ਚ ਆਪਾਂ ਓਬੈਸਿਟੀ ਬੋਲਦੇ ਹਾਂ ਪ੍ਰਸ਼ਨ ਨੰਬਰ 5 ਜ਼ਰੂਰਤ ਤੋਂ ਜ਼ਿਆਦਾ ਲਈਆਂ ਕੈਲੋਰੀਜ਼ ਕਿੱਥੇ ਅਤੇ ਕਿਸ ਰੂਪ ਵਿੱਚ ਜਮ੍ਹਾਂ ਹੁੰਦੀਆਂ ਹਨ ਕੈਲੋਰੀਜ਼ ਜਿਵੇਂ ਤੁਹਾਨੂੰ ਮੈਂ ਹੁਣੇ ਦੱਸ ਚੁੱਕਿਆਗਾ ਕਿ ਭੋਜਨ ਤੋਂ ਜਿਹੜੀ ਐਨਰਜੀ ਮਿਲਦੀ ਹੈ ਤਾਂ ਉਸ ਨੂੰ ਕੈਲੋਰੀਸ ਬੋਲਿਆ ਜਾਂਦਾ ਹੈ ਤਾਂ ਉਹ ਕੈਲੋਰੀ ਜਿਤੋਂ ਆਪਾਂ ਲੋੜ ਤੋਂ ਜ਼ਿਆਦਾ ਲੈਨੇ ਆ ਤਾਂ ਉਹ ਕਿੱਥੇ ਸਟੋਰ ਹੁੰਦੀਆਂ ਨੇ ਤੇ ਕਿਸ ਰੂਪ ਚ ਹੁੰਦੀਆਂ ਨੇ ਤਾਂ ਸਹੀ ਉੱਤਰ ਆਏਗਾ ਉਹ ਚਰਬੀ ਯਾਨੀ ਕਿ ਫੈਟ ਦੇ ਰੂਪ ਵਿੱਚ ਸਟੋਰ ਹੁੰਦੀਆਂ ਨੇ ਜਮਾ ਹੁੰਦੀਆਂ ਨੇ ਤੇ ਹੁੰਦੀਆਂ ਨੇ ਉੱਪਰਲੀ ਚਮੜੀ ਦੀ ਨੀਚੇ ਵਾਲੀ ਸਤਾ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਸਬਕ ਕਟੇਨੀਅਸ ਸਬ ਮਤਲਬ ਨੀਚੇ ਕਟੇਨੀਅਸ ਮਤਲਬ ਸਕਿਨ ਮਤਲਬ ਸਕਿਨ ਦੇ ਨੀਚੇ ਫੈਟ ਦੇ ਰੂਪ ਚ ਯਾਨੀ ਕਿ ਚਰਬੀ ਦੇ ਰੂਪ ਚ ਇਕੱਠੀਆਂ ਹੋ ਜਾਂਦੀਆਂ ਨੇ ਪ੍ਰਸ਼ਨ ਨੰਬਰ 6 बार-बार ਮਲ ਤਿਆਗ ਹੋਣ ਨੂੰ ਕੀ ਕਿਹਾ ਜਾਂਦਾ ਹੈ ਮਤਲਬ ਜੇ بار-ਬਾਰ ਕਿਸੇ ਇਨਸਾਨ ਨੂੰ ਟਾਇਲਟ ਜਾਣਾ ਪੈਂਦਾ ਹੈ ਮਲ ਤਿਆਗ ਦੇ ਲਈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਉੱਤਰ ਆਏਗਾ ਡਾਇਰੀਆ ਠੀਕ ਹੈ ਡਾਇਰੀਆ ਬਿਮਾਰੀ ਜਿਹਨੂੰ ਪੰਜਾਬੀ ਵਿੱਚ ਦਸਤ ਵੀ ਕਹਿ ਸਕਦੇ ਹਾਂ ਪ੍ਰਸ਼ਨ ਨੰਬਰ 7 ਰੇਸ਼ੇਦਾਰ ਭੋਜਨ ਅਤੇ ਪਾਣੀ ਘੱਟ ਲੈਣ ਨਾਲ ਕਿਹੜੀ ਬਿਮਾਰੀ ਹੁੰਦੀ ਹੈ ਜਦੋਂ ਕੋਈ ਇਨਸਾਨ ਰੇਸ਼ੇਦਾਰ ਭੋਜਨ ਜਨ ਕੇ ਫਾਈਬਰਸ ਡਾਈਟ ਘੱਟ ਖਾਵੇਗਾ ਠੀਕ ਹੈ ਜਿਵੇਂ ਸੈਲਡ ਵਗੈਰਾ ਹੋਗਾ ਨਾਲ ਤੇ ਨਾਲ ਪਾਣੀ ਘੱਟ ਵਰਤੇਗਾ ਘੱਟ ਪੀਵੇਗਾ ਕਿਹੜੀ ਬਿਮਾਰੀ ਹੋਣ ਦੀ ਸੰਭਾਵਨਾ ਹੁੰਦੀ ਹੈ ਤਾਂ ਉੱਤਰ ਆਏਗਾ ਕਬਜ਼ ਦੀ ਬਿਮਾਰੀ ਜਿਹਨੂੰ ਕੌਨਸਟਿਪੇਸ਼ਨ ਵੀ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 8 ਹਾਈਡਰੋਕਲੋਰਿਕ ਐਸਿਡ ਜਾਨੀ ਕਿ ਤਜਾਬ ਜੋ ਆਪਣੇ ਪੇਟ ਵਿੱਚ ਹੁੰਦਾ ਹੈ ਦੇ ਸਰੀਰ ਵਿੱਚ ਜ਼ਿਆਦਾ ਰਿਸਾਵ ਨਾਲ ਕਿਹੜੀ ਬਿਮਾਰੀ ਹੁੰਦੀ ਹੈ ਉੱਤਰ ਆਏਗਾ ਹਾਈਪਰ ਐਸਿਡਿਟੀ ਜਾਨੀ ਕਿ ਤਜਾਬ ਦਾ ਬਨਣਾ ਪ੍ਰਸ਼ਨ ਨੰਬਰ 9 ਤਜਾਬ ਕਾਰਨ ਜ਼ਿਆਦਾ ਦਰਦ ਹੋਣ ਨੂੰ ਕੀ ਕਿਹਾ ਜਾਂਦਾ ਹੈ ਬਹੁਤ ਵਾਰ ਬਹੁਤ ਇਨਸਾਨਾਂ ਦੇ ਵਿੱਚ ਤਜ਼ਾਬ ਜਿਆਦਾ ਬਰਨ ਕਰਕੇ ਦਰਦ ਹੁੰਦਾ ਰਹਿੰਦਾ ਹੈ ਤਾਂ ਉਸ ਨੂੰ ਬੋਲਿਆ ਜਾਂਦਾ ਹਾਰਟ ਬਰਨ ਠੀਕ ਹੈ ਪੰਜਾਬੀ ਭਾਸ਼ਾ ਤੁਸੀਂ ਆਮ ਸੁਣਦੇ ਹੋਵੋਗੇ ਕਈ ਲੋਕ ਕਹਿੰਦੇ ਕਿ ਮੇਰੇ ਕਾਲਜ ਦੇ ਚ ਦਰਦ ਹੋ ਰਿਹਾ ਤਾਂ ਬੇਸਿਕਲੀ ਉਹਨੂੰ ਹਾਰਟ ਬਰਨ ਦਾ ਨਾਮ ਦਿੱਤਾ ਜਾਂਦਾ ਹੈ ਵਿਗਿਆਨਿਕ ਭਾਸ਼ਾ ਦੇ ਵਿੱਚ ਪ੍ਰਸ਼ਨ ਨੰਬਰ 10 ਲੰਬਾ ਸਮਾਂ ਲਗਾਤਾਰ ਤਜ਼ਾਬ ਦੇ ਰਿਸਾਬ ਨਾਲ ਪੇਟ ਅਤੇ ਅੰਤੜੀਆਂ ਵਿੱਚ ਹੋਣ ਵਾਲੇ ਜ਼ਖਮ ਨੂੰ ਕੀ ਕਹਿੰਦੇ ਹਨ ਤਾਂ ਜਦੋਂ ਬਹੁਤ ਜ਼ਿਆਦਾ ਐਸਿਡ ਲਗਾਤਾਰ ਕਿਸੇ ਇਨਸਾਨ ਦੇ ਅੰਦਰ ਬੰਦਾ ਰਹੇ ਪੇਟ ਦੇ ਅੰਦਰ ਤਾਂ પેટ ਦੇ ਅੰਦਰ ਅਤੇ ਅੰਤੜੀਆਂ ਦੇ ਅੰਦਰ ਜ਼ਖਮ ਹੋ ਜਾਂਦੇ ਹਨ ਤਾਂ ਇਹ ਬਹੁਤ ਕਾਮਨ ਬਿਮਾਰੀ ਹੈ ਅੱਜਕੱਲ ਤਾਂ ਇਹਨੂੰ ਕਿਹਾ ਜਾਂਦਾ ਹੈ ਅਲਸਰ ਓਕੇ ਜਦੋਂ ਵੀ ਕੋਈ ਜ਼ਖਮ ਬਾਡੀ ਦੇ ਅੰਦਰ ਹੁੰਦਾ ਤਉਨੂੰ ਅਲਸਰ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 11 ਚਮੜੀ ਦਾ ਪੀਲਾ ਹੋਣਾ ਅੱਖਾਂ ਦਾ ਪੀਲਾ ਹੋਣਾ ਅਤੇ ਪਿਸ਼ਾਬ ਦਾ ਰੰਗ ਪੀਲਾ ਹੋ ਜਾਣਾ ਕਿਹੜੀ ਬਿਮਾਰੀ ਦੇ ਲੱਛਣ ਹਨ ਆਨਸਰ ਹੈ ਪੀਲੀਆ ਜਿਹਨੂੰ ਜੌਂਡਿਸ ਵੀ ਕਹਿ ਸਕਦੇ ਹਾਂ ਪ੍ਰਸ਼ਨ ਨੰਬਰ 12 ਪੀਲੀਆ ਬਿਮਾਰੀ ਦੌਰਾਨ ਕਿਹੜਾ ਕੈਮੀਕਲ ਖੂਨ ਵਿੱਚ ਜਮਾ ਹੋ ਜਾਂਦਾ ਹੈ ਇਸ ਦਾ ਸਹੀ ਉੱਤਰ ਆਏਗਾ ਬਿਲੀਰੂਬਿਨ ਨਾਮ ਦਾ ਕੈਮੀਕਲ ਹੁੰਦਾ ਹੈ ਠੀਕ ਹੈ ਜਿਹਦੇ ਕਰਕੇ ਅੱਖਾਂ ਦਾ ਰੰਗ ਤੇ ਨਹੋਂ ਦਾ ਰੰਗ ਤੇ ਨਾਲ ਸਕਿਨ ਦਾ ਰੰਗ ਤੇ ਪਿਸ਼ਾਬ ਦਾ ਰੰਗ ਇਹ ਸਾਰੇ ਪੀਲੇ ਹੋ ਜਾਂਦੇ ਹਨ ਜਿੰਨਾ ਬਿਲੀਰੂਬਿਨ ਜ਼ਿਆਦਾ ਹੋਵੇਗਾ ਉਨਾ ਪੀਲਿਆ ਜ਼ਿਆਦਾ ਹੋਵੇਗਾ ਪ੍ਰਸ਼ਨ ਨੰਬਰ 13 ਪੀਲੀਆ ਕਿਸ ਅੰਗ ਦੇ ਕੰਮ ਨਾ ਕਰਨ ਕਰਕੇ ਹੁੰਦਾ ਹੈ ਸਹੀ ਉੱਤਰ ਆਏਗਾ ਲੀਵਰ ਜਿਹਨੂੰ ਪੰਜਾਬੀ ਦੇ ਵਿੱਚ ਜਿਗਰ ਵੀ ਕਹਿੰਦੇ ਹਾਂ ਓਕੇ ਪ੍ਰਸ਼ਨ ਨੰਬਰ 14 ਜਿਗਰ ਦੀ ਸੋਜ ਯਾਨੀ ਕਿ ਲੀਵਰ ਦੀ ਸੋਜ ਨੂੰ ਕੀ ਕਹਿੰਦੇ ਹਨ ਇਹਦਾ ਸਹੀ ਉੱਤਰ ਆਏਗਾ ਹੈਪਾਟਾਈਟਸ ਹੈਪਾ ਤੋਂ 파ਬ ਹੁੰਦਾ ਹੈ ਲੀਵਰ ਟਾਈ ਜਿੱਥੇ ਵੀ ਆਇਟਸ ਸ਼ਬਦ ਆਵੇ ਪਿੱਛੇ ਤਾਂ ਉਹਦਾ ਮਤਲਬ ਹੁੰਦਾ ਹੈ ਸੋਜ ਠੀਕ ਹੈ ਜਾਂ ਇਨਫਲਮੇਸ਼ਨ ਪ੍ਰਸ਼ਨ ਨੰਬਰ 15 ਅੰਤਿਕਾ ਯਾਨੀ ਕਿ ਅਪੈਂਡਿਕਸ ਦੀ ਨਾਲ ਹੁੰਦੀ ਆਪਣੇ ਅੰਦਰ ਇੱਕ ਦੀ ਸੋਜ ਨੂੰ ਕੀ ਕਿਹਾ ਜਾਂਦਾ ਹੈ ਤਾਂ ਸਹੀ ਉੱਤਰ ਆਏਗਾ ਅਪੈਂਡੀਸਾਈਟਸ ਠੀਕ ਹੈ ਤੇ ਇਹ ਨਾਲ ਨੂੰ ਜਨਰਲਲੀ ਜਦੋਂ ਵੀ ਕਿਸੇ ਦੂਸਰੀ ਸਮੱਸਿਆ ਵੱਜ ਜਾਂਦੀ ਹੈ ਤਾਂ ਇਹਨੂੰ ਕਢਵਾਉਣਾ ਹੀ ਪੈਂਦਾ ਹੈ ਠੀਕ ਹੈ ਤਾਂ ਉਹਨੂੰ ਕਢਵਾਉਣ ਦੀ ਜਿਹੜੀ ਪ੍ਰੋਸੈਸ ਆ ਉਹਨੂੰ ਕਹਿੰਦੇ ਨੇ ਅਪੈਂਡਿਕਟਮੀ ਜਿਹਦੇ ਪਿੱਛੇ T O M Y ਟਮੀ ਆ ਜਾਏ ਤਾਂ ਮਤਲਬ ਹੁੰਦਾਗਾ ਸਰਜਿਕਲ ਰਿਮੂਵਲ ਮਤਲਬ ਆਪਰੇਸ਼ਨ ਦੇ ਦੌਰਾਨ ਆਪਰੇਸ਼ਨ ਕਰਕੇ ਮਤਲਬ ਉਸਨੂੰ ਬਾਹਰ ਕੱਢ ਦੇਣਾ ਠੀਕ ਹੈ ਤਾਂ ਇਸ ਅਪੈਂਡਿਕਸ ਨੂੰ ਬਾਹਰ ਕਢਵਾਉਣਾ ਪੈਂਦਾ ਜਦੋਂ ਕਿਸੇ ਦੇ ਬਹੁਤ ਜ਼ਿਆਦਾ ਦਰਦ ਸ਼ੁਰੂ ਹੋ ਜਾਂਦਾ ਹੈ ਅਪੈਂਡਿਕਸ ਦਾ ਓਕੇ ਹੁਣ ਆਪਾਂ ਕਰਾਂਗੇ ਅਗਲਾ ਪ੍ਰਸ਼ਨ ਨੰਬਰ 16 ਉਲਟੀ ਆਉਣ ਤੋਂ ਪਹਿਲਾਂ ਆਉਣ ਵਾਲੇ ਬਾਤ ਜਿਹਨੂੰ ਆਪਾਂ ਕਹਿੰਦੇ ਆ ਕਿ ਵੀ ਉਲਟੀ ਤੋਂ ਪਹਿਲਾਂ ਬਾਤਾਂ ਆਉਂਦੇ ਨੇ ਠੀਕ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਸ ਨੂੰ ਟੈਕਨੀਕਲ ਵਿਗਿਆਨਿਕ ਪਾਸ਼ਾਦ ਵਿੱਚ ਟਰਮ ਦਿੱਤੀ ਗਈ ਹੈ ਨੌਜ਼ੀਆ ਓਕੇ ਪ੍ਰਸ਼ਨ ਨੰਬਰ 17 ਉਲਟ ਪੈਰੀਸਟਾਲਸਿਸ ਨਾਲ ਕੀ ਹੁੰਦਾ ਹੈ ਪੈਰੀਸਟਾਲਸਿਸ ਦਾ ਮਤਲਬ ਹੁੰਦਾ ਜਦੋਂ ਆਪਾਂ ਖਾਣਾ ਮੂੰਹ ਦੇ ਰਾਹੀਂ ਸਰੀਰ ਦੇ ਅੰਦਰ ਪਾਉਂਦੇ ਹਾਂ ਤਾਂ ਇੰਟੈਸਟਾਈਨ ਤੱਕ ਖਾਣਾ ਪਹੁੰਚਣਾ ਮੂੰਹ ਤੋਂ ਅੱਗੇ ਖਾਣਾ ਜਦੋਂ ਮੂਵ ਕਰਦਾ ਹੈਗਾ ਤਾਂ ਉਹ ਪੈਰੀਸਟਾਲਟਿਕ ਮੂਵਮੈਂਟ ਦੇ ਨਾਲ ਖਾਣਾ ਅੱਗੇ ਜਾਂਦਾ ਹੈਗਾ ਠੀਕ ਹੈ ਜਦੋਂ ਉਹ ਪੈਰੀਸਟਾਲਟਡ ਪੈਰੀਸਟਾਲਸਿਸ ਉਲਟ ਦਿਸ਼ਾ ਵਿੱਚ ਹੋ ਜੇ ਮਤਲਬ ਪੇਟ ਤੋਂ ਮੂੰਹ ਵੱਲ ਹੋ ਜੇ ਨੀਚੇ ਵਾਲੇ ਪਾਸੇ ਤੋਂ ਉੱਪਰ ਨੂੰ ਹੋ ਜੇ ਤਾਂ ਉਸ ਨੂੰ ਆਪਾਂ ਉਲਟ ਪੈਰੀਸਟਾਲਸਿਸ ਬੋਲਾਂਗੇ ਰਿਵਰਸ ਪੈਰੀਸਟਾਲਸਿਸ ਬੋਲਾਂਗੇ ਤਾਂ ਉਹਦੇ ਨਾਲ ਕੀ ਹੁੰਦਾ ਤਾਂ ਉਸ ਨਾਲ ਉਲਟੀ ਆਉਂਦੀ ਹੈ ਠੀਕ ਹੈ ਉਹ ਮੀਟਿੰਗ ਪ੍ਰਸ਼ਨ ਨੰਬਰ 18 ਅਨਪਚੇ ਭੋਜਨ ਕਾਰਨ ਪੈਦਾ ਹੋਈ ਗੈਸ ਦੀ ਸਮੱਸਿਆ ਨੂੰ ਵਿਗਿਆਨਿਕ ਭਾਸ਼ਾ ਵਿੱਚ ਕੀ ਕਿਹਾ ਜਾਂਦਾ ਹੈ ਤਾਂ ਸਹੀ ਉੱਤਰ ਆਏਗਾ ਫਲੇਟੂਲੈਂਸ ओके फ्लैटो ਲੈਂਸ ਕਿਹਾ ਜਾਂਦਾ ਹੈ ਗੈਸ ਬਨਨ ਦੀ ਸਮੱਸਿਆ ਨੂੰ ਪ੍ਰਸ਼ਨ ਨੰਬਰ 19 ਪਿੱਤੇ ਵਿੱਚ ਛੋਟੇ ਕੰਕਰ ਬਨਨ ਨੂੰ ਕੀ ਕਿਹਾ ਜਾਂਦਾ ਹੈ ਤਾਂ ਉੱਤਰ ਆਏਗਾ ਗਾਲ ਸਟੋਨ ਜਾਨੀ ਕਿ ਪਿੱਤੇ ਦੀ ਪਥਰੀ ਗਾਲ ਸਟੋਨ ਕਿਹਾ ਜਾਂਦਾ ਗਾਲ ਮਤਲਬ ਪਿੱਤਾ ਹੁੰਦਾ ਹੈ ਗਾਲ ਬਲੈਡਰ ਕਹਿੰਦੇ ਨੇ ਪਿੱਤੇ ਨੂੰ ਸਟੋਨ ਮਤਲਬ ਪਥਰੀ ਹੋ ਗਿਆ ਓਕੇ ਪ੍ਰਸ਼ਨ ਨੰਬਰ ਬੀ ਪਿੱਤੇ ਦੀ ਪਥਰੀ ਕਿੰਜ ਬਣਦੀ ਹੈ ਮਤਲਬ ਕਿਵੇਂ ਬਣਦੀ ਹੈ ਤਾਂ ਇਹ ਬਣਦੀ ਹੈ ਕੋਲੇਸਟਿਰੋਲ ਨਾਮ ਦੇ ਕੈਮੀਕਲ ਅਤੇ ਬਾਈਲ ਜੂਸ ਜਿਹੜਾ ਕਿ ਲੀਵਰ ਦੇ ਵਿੱਚੋਂ ਨਿਕਲਦਾ ਹੈਗਾ ਬਾਈਲ ਜੂਸ ਇੱਕ ਕੈਮੀਕਲ ਹੈ ਵੀ ਤਾਂ ਦੋਨਾਂ ਦੇ ਫਿਊਜ਼ਨ ਜਿਹੜੇ ਦੋਨਾਂ ਦੇ ਜੁੜਨ ਦੇ ਨਾਲ ਇਹ ਪੱਥਰੀ ਬਣਦੀ ਹੈ ਪਿੱਤੇ ਦੇ ਅੰਦਰ ਓਕੇ ਸੋ ਇਹਨਾਂ ਡਾਈਜੈਸਟਿਵ ਸਿਸਟਮ ਦੇ ਨਾਲ ਸੰਬੰਧਿਤ ਪ੍ਰੋਬਲਮਸ ਦੇ ਬਾਰੇ ਵੀ ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਉਮੀਦ ਕਰਦਾ ਵੀਡੀਓ ਪਸੰਦ ਆਵੇਗਾ ਸੋ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਬਿਲਕੁਲ ਨਾ ਭੁੱਲੋ ਥੈਂਕਸ ਫॉर ਵਾਚਿੰਗ